अच्छा तो वे लेंदा इन्हें पैसे ला के ते पाई आए लग जे तंदूर च कुत्ता फसया हुंदा बे आ के लग जू तू पिछली साइड तो इन्ना बार के अगो आया मेरे पिछो आया मम्मी डब्बा दे फड़ाओ स्पेशल बर्फी आला डब्बा 340 रुपए किलो आला डब्बा की आए हाँ जी सत श्री अकाल जी सारे नूं सो मित्रो स्वागत है जी तुहाडा अपने न्यू व्लॉग विच तुहाडा तुहाडे अपने हरमन खोसा यूट्यूब चैनल विच सो तैयार शार हो गए हां ते मम्मी अज दस दो करां जी सारे नूं कित्थे जाणा आपां अज चलो तेरे नानकी ते मेरे पेके हां मम्मी कहिंदे जो मर्जी होए सब तों पहला गड्डी लै के आपां नानकी जाणा ते हुण नानी जी घरे आपां डब्बा लै के जाणा नानी जी कहिंदे बड़ी खुशी आ क्योंकि नानका परिवार हुंदा ही इहो जिहा जिहनूं जदों धी पुत तरक्की करे ते उहनां नूं खुशी वक्खरी हुंदी आ सो नानू जी के घरे चलांगे ते उहनां दे रिएक्शन वेखांगे गड्डी वेख के ते तुहानूं मिलाउणे सारे नाल ते थोड़ा बहुत आपां समान भी लैणा शॉपिंग भी करनी आ ਇਹ ਸ਼ਹਿਰ ਜਾਣ ਤੇ ਕੁਝ ਨਾ ਲੈ ਕੇ ਹੁਣ ਇਦਾਂ ਹੋ ਸਕਦਾ ਆ ਬਹਾਨੇ ਨਾ ਹੀ ਜਾਇਆ ਜਾਂਦਾ ਉਵੇਂ ਤਾਂ ਤੂੰ ਕਹਿੰਦੇ ਜੁੱਤੀਆਂ ਜਾਤੀਆਂ ਸੂਟ ਸਾਟ ਬੜਾ ਕੁਝ ਲੈਣਾ ਹੈ ਉਹ ਅੱਗੇ ਵੇਖੀ ਚੱਲਿਓ ਤੇ ਬੇਬੇ ਵਾਸਤੇ ਵੀ ਆਪਾਂ ਲੈ ਕੇ ਆਉਣਾ ਸਮਾਨ ਸਮੂਨ ਉਹ ਗਾਂ ਦਿਖਾਉਣੇ ਤੁਹਾਨੂੰ ਕਿੱਥੋਂ ਦੇ ਤਿਆਰੀ ਆ ਸਾਡੀ ਨਾਨਕਿਆਂ ਨੂੰ ਫਿਰੋਜ਼ਪੁਰ ਨੂੰ ਤੇਰੀ ਤਾਂ ਰੋਜ਼ ਤਿਆਰੀ ਰਹਿੰਦੀ ਕਦੇ ਨਾ ਕਿਤੇ ਕਦੇ ਕਿਤੇ ਬੇਬੇ ਮੰਮੀ ਕਹਿੰਦੀ ਨਵੀਂ ਗੱਡੀ ਲੈ ਕੇ ਪਹਿਲਾਂ ਡੱਬਾ ਮੇਰੇ ਪੇਕੇ ਜਾਣਾ ਚਾਹੀਦਾ ਤੂੰ ਆਪਦੇ ਪੇਕੇ ਜਾਣਾ ਹੈ ਮੈਂ ਵੀ ਜਾਊਂਗੀ ਲੈ ਕੇ ਫਿਰ ਮੈਂ ਨਹੀਂ ਜਾ ਸਕਦੀ ਜੋ ਉਹਨਾਂ ਨੇ ਵਧਾਈਆਂ ਦਿੱਤੀਆਂ ਤੇ ਅਸੀਂ ਵੀ ਜਾ ਸਕਦੇ ਆ ਲੈ ਕੋਈ ਨਾ ਅਗਲਾ ਕਿਹੜਾ ਆਪਾਂ ਫਿਰ ਤੁਹਾਡੇ ਪੇਕੇ ਚੱਲਾਂਗੇ ਯਾਰ ਕੇ ਜਾਵਾਂਗੇ ਬਾਪੂ ਜੀ ਤੁਹਾਡੇ ਪੇਕੇ ਤਾਂ ਨਹੀਂ ਆਣਾ ਹਾਂ ਕਿਹੜਾ ਤਟਾਈ ਤਟੇ ਦੀ ਉਹਦੀ ਅੰਡਾ ਵੀ ਗੱਡੀ ਹੁਣ ਅਗਲੇ ਨੇ ਵਧਾਈਆਂ ਦਿੱਤੀਆਂ ਡੱਬੇ ਨੂੰ ਦੇ ਕੇ ਆਉਣਾ ਨਹੀਂ ਅਗਲੀ ਵਾਰੀ ਆਪਾਂ ਬੇਬੇ ਤੇਰੇ ਨਾਲ ਚੱਲਾਂਗੇ ਤੇ ਮੈਨੂੰ ਇੱਥੇ ਦੇ ਲਿਓ ਅੱਜ ਮੈਨੂੰ ਪਤਾ ਲੱਗਾ ਇਹ ਲੱਕੂ ਦੇ ਮੁੰਡਾ ਆ ਕਿਦਾ ਹਾਂ ਮਾਮ ਇਹਦੇ ਮੁੰਡਾ ਆ ਆਪਾਂ ਲੈ ਕੇ ਆਉਣੇ ਉਹਨਾਂ ਤੋਂ ਵਧਾਈਆਂ ਲੈ ਕੇ ਆਉਣੀਆਂ ਸੱਚ ਆ ਤੁਹਾਨੂੰ ਦੱਸਦੇ ਬੇਬੇ ਦੇ ਅੱਜ ਸੱਟ ਵੱਜ ਗਈ ਬੇਬੇ ਨਾਲ ਪੰਗੇ ਲੈਣੋਂ ਨਹੀਂ ਹਟਦੀ ਕੁਝ ਨਾ ਕੋਈ ਕਰਦੀ ਰਹਿੰਦੀ ਹੈ ਤੇ ਇੱਥੇ ਜੇ ਕੀ ਵੱਜ ਗਈ ਸੀ ਬੇਬੇ ਬਾਰੀ ਵੱਜੀ ਆ ਪੁੱਤ ਕੱਪੜੇ ਕੱਢਣ ਲੱਗੀ ਸੀ ਆਪਦੇ ਲਾਵ ਨਾ ਆ ਕੇ ਪਾਉਣ ਨੂੰ ਹਾਂ ਤੇ ਬਾਰੀ ਵੱਜ ਗਈ ਸਾਰਾ ਮਾਂ ਸੀ ਲੈ ਗਿਆ ਧਿਆਨ ਨਾਲ ਹਾਂ ਤੇ ਬਾਪੂ ਜੀ ਨੇ ਪੱਟੀ ਕਿਹਨੇ ਕੀਤੀ ਬਾਪੂ ਜੀ ਨੇ ਇਹ ਤਾਂ ਬੁਲਾਈ ਹੈ ਪੱਟੀ ਤਾਂ ਇੱਥੇ ਪਈ ਸੀ ਲੀਰ ਜੀ ਬਗਜਨ ਵਾਰਡ ਦੇ ਉੱਤੇ ਮੱਖੀਆਂ ਨਹੀਂ ਸੀ ਕਿਹੜਾ ਛੱਡਦੇ ਬਾਪੂ ਵੈਸੇ ਤੁਹਾਡੀ ਕੇਅਰ ਬਹੁਤ ਕਰਦੇ ਬਾੜੀ ਕਰਦੇ ਆ ਤਾਂ ਦੁਆ ਨਹੀਂ ਕਿ ਤੂੰ ਲੈ ਦਿੰਦਾ ਤੇ ਆਇਆ ਤੇ ਕੇਅਰ ਬਾੜੀ ਕਰਦਾ ਬਾਪੂ ਲਵ ਯੂ ਕਰ ਦੋ ਬੇਬੇ ਨੂੰ ਲਵ ਯੂ ਹੋ ਜੇ ਲਵ ਯੂ ਬੇਬੇ ਨੂੰ ਲਵ ਯੂ ਕਹਿ ਦੋ ਲਵ ਯੂ ਟੂ ਕਹਿ ਲਵ ਯੂ ਟੂ ਲਵ ਯੂ ਤੇ ਪਹਿਲਾਂ ਬਾਪੂ ਕਹੂਗਾ ਬੇਬੇ ਨੂੰ ਕੋ ਲਵ ਯੂ ਤੇ ਬੇਬੇ ਕਹੂ ਲਵ ਯੂ ਟੂ ਬਾਪੂ ਕਹਿ ਦੇ ਯਾਰ ਬੇਬੇ ਨੂੰ ਵਿਚਾਰੀ ਨੂੰ ਲਵ ਯੂ ਆਈ ਲਵ ਯੂ ਆਈ ਲਵ ਯੂ ਲਵ ਯੂ ਟੂ ਵਾਹਿਗੁਰੂ ਜੀ ਤੁਹਾਡਾ ਪਿਆਰ ਇਦਾਂ ਹੀ ਬਣਾਈ ਰੱਖਣ ਇਹ ਮਿੱਤਰੋ ਤੇਰਾ ਵੀ ਬਣਾਈ ਰੱਖੇ ਪੁੱਤ ਤੇਰਾ ਵੀ ਬਣਾਈ ਸਾਡਾ ਹਾਸਾ ਮਜ਼ਾਕ ਇਦਾਂ ਹੀ ਚੱਲਦਾ ਰਹਿੰਦਾ ਮਾਲਾ ਤੂੰ ਹੀ ਲੈ ਲਵ ਯੂ ਸਾਰੇ ਤਾਂ ਹੀ ਲੈ ਕੇ ਚੱਲਿਆ ਸਾਰੇ ਤਾਂ ਹੀ ਲਵ ਯੂ ਬੇਬੇ खुशखबरी होर देनी जेडी मम्मी जी भी भुल चुके आ कि साडे मेरे मामे दे होया मुंडा ते मम्मी दे भरा दे सही गल आस्ट्रेलिया आ ते नानू जी कहदे वधाई लै गए आउणी आ अपां करा दे फिरोजपुर शहर पहुंच गया इथे कहिंदे मीह बड़ा पै गया गलियां च मीह मीह होया पिया क्यों मम्मी सही गल आ शुकर अपने नहीं पिया गा कल दा पिया ही नहीं तूड़ी दा नहीं सिस्टम लोट आउंदा पिया ना सही गल आ गिल्ली हो गई तूड़ी ते ओ काली हो जांदी ਲੋਵੀ ਨਾਨੂ ਜੀ ਘਰੇ ਪਹੁੰਚ ਗਏ ਨਾਨੂ ਜੀ ਦੇ ਘਰ ਦੇ ਬਾਹਰ ਖੜੇ ਆ ਤੇ ਨਾਨੂ ਜੀ ਹੁਣਾਂ ਨੂੰ ਫੋਨ ਕਰਤਾ ਕਿ ਸੋਹਣੇ ਸੋਹਣੇ ਬਣ ਕੇ ਬਾਹਰ ਆ ਜਾਓ ਤੇ ਇਹ ਨਾ ਪਹਿਲਾਂ ਫੋਨ ਕੀਤਾ ਨਹੀਂ ਸੀ ਵੀ ਹੁਣੇ ਹੀ ਅਸੀਂ ਆਉਣੇ ਕਿਉਂਕਿ ਤੇਰਾ ਨਾਨੀ ਸੁੱਤੇ ਪਏ ਸੀਗੇ ਵੀ ਤੂੰ ਕਦੋਂ ਕਿ ਨਿਕਲਣਾ ਕਦੋਂ ਕਿ ਨਹੀਂ ਨਿਕਲਣਾ ਮੈਂ ਤਾਂ 10 ਵਜੇ ਦੀ ਤਿਆਰ ਆ ਹੁਣ 1:30 ਵੱਜ ਗਿਆ ਆਉਂਦੇ ਆਉਂਦੇ ਤੇ ਉਹਨਾਂ ਨੂੰ ਵੀ ਕੋਈ ਯਕੀਨ ਨਹੀਂ ਵੀ ਆਉਣਾ ਉਹਨਾਂ ਨੇ ਕਿ ਨਹੀਂ ਆਉਣਾ ਜੇ ਤੇਰਾ ਕਿਤੇ ਹੋਰ ਪਾਸੇ ਧਿਆਨ ਹੋ ਗਿਆ ਤੁਹਾਨੂੰ ਮਿਲਾਉਣੇ ਨਾਨੂ ਨਾਨੀ ਨਾਲ ਨਾਲੇ ਵਧਾਈਆਂ ਲੈਣੇ ਮਾਮੇ ਦਾ ਮੁੰਡਾ ਆਇਆ ਕਹਿੰਦੇ ਮੇਰਾ ਭਰਾ ਮੈਂ ਇੰਨਾ ਵੱਡਾ ਹੋ ਗਿਆ ਤੇ ਮੇਰਾ ਭਰਾ ਵਿਚਾਰਾ ਨਿੱਕਾ ਆ ਗੋਲੂ ਮੋਲੂ ਆ ਵੀ ਹਾਂ ਬਹੁਤ ਸੋਹਣਾ ਤੇਰੇ ਵਰਗਾ ਹੀ ਆ ਮੈਂ ਪਤਾ ਕਿੰਨਾ ਸੋਹਣਾ ਹੁੰਦਾ ਸੀ ਛੋਟਾ ਤਾਂ ਬਾਲਾ ਸੋਹਣਾ ਹੁੰਦਾ ਸੀ ਹੁਣ ਨਹੀਂ ਤੂੰ ਇੰਨਾ ਸੋਹਣਾਗਾ ਨਿੱਕਾ ਹੁੰਦਾ ਤਾਂ ਇੰਨਾ ਭੋਲੂ ਕਾਕਾ ਹੁੰਦਾ ਸੀਗਾ
ਲੜਦੇ ਰਹਿੰਦੇ ਲੜ ਲੜ ਕੇ ਤੁਸੀਂ ਹੋਰ ਹੀ ਬਣਾ ਦਾ ਮੈਨੂੰ ਟੈਂਗ ਬੋਟਲ ਕੱਟਾ ਹੋ ਗਿਆ ਨਾ ਹੋਰ ਹੀ ਬਣ ਗਿਆ ਨਾਨੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧਾਈਆਂ ਮੇਰੇ ਮੰਮਣੇ ਨੂੰ ਬਹੁਤ ਬਹੁਤ ਵਧਾਈਆਂ ਦੇਖੋ ਕਰਾਂ ਦੀ ਜੈ ਜਲ ਪਤਾ ਲੱਗਦਾ ਜੈ ਜਲ ਲਾਓ ਕਰਾਂ ਦੀ ਸੋਹਣੀ ਆ ਮੰਮੀ ਤਾਂ ਹੁਣੇ ਗਈ ਆਂਦੇ ਮੈਂ ਸੋਹਣਾ ਨੀ ਕਦੀ ਮੰਮੀ ਡੱਬਾ ਤੇ ਫੜਾਓ ਸਪੈਸ਼ਲ ਬਰਫੀ ਆਲਾ ਡੱਬਾ 340 ਰੁਪਏ ਕਿਲੋ ਆਲਾ ਡੱਬਾ ਵਾ 340 ਬਹੁਤ ਬਹੁਤ ਮੁਬਾਰਕਾਂ ਦਾਦੀ ਤੁਹਾਨੂੰ ਵੀ ਗੋਲੂ ਮੋਲੂ ਆ ਉਹ ਵੀ ਹਨਾ ਰਾਤ ਨੂੰ 11:30 ਵਜੇ ਫੋਨ ਕੀਤਾ ਮੈਨੂੰ ਬਾਅਦ ਚ ਨੀਂਦ ਹੀ ਨਹੀਂ ਆਈ ਇੰਨੀ ਖੁਸ਼ੀ ਮੈਨੂੰ ਆ ਮੰਮਾ ਉਠਾਉਣ ਜੋਗਾ ਮੈਨੂੰ ਮੰਮੀ ਨੇ ਸਵੇਰ ਸਵੇਰ ਦੱਸਿਆ ਕੀ ਲੱਗੀ ਮਾਮੇ ਦੇ ਮੁੰਡਾ ਮੈਨੂੰ ਆ ਬੜੀ ਖੁਸ਼ੀ ਹੋਈ ਲਓ ਵੀ ਹੁਣ ਤੁਹਾਨੂੰ ਆਪਾਂ ਕਾਕਾ ਦਿਖਾਉਣੇ ਆ ਦੇਖੋ ਕਿੰਨਾ ਕਿਊਟ ਆ ਗੋਲੂ ਮੋਲੂ ਜੀ ਦਾ ਫੋਟੋ ਜੋ ਕੱਢ ਲਈਏ ਸਾਰੇ ਜਾਣੇ ਕੰਗ੍ਰੈਚੁਲੇਸ਼ਨ ਦੇ ਦੋ ਮੇਰਾ ਭਰਾ ਤੇ ਤੁਹਾਡਾ ਕੀ ਲੱਗਾ ਮੇਰਾ ਭਤੀਜਾ ਵਾਹ ਜੀ ਵਾਹ ਮੈਂ ਕਿਹਾ ਨਾਨੂ ਜੀ ਬੰਦੇ ਨੂੰ ਕੋਈ ਚੀਜ਼ ਇੰਨੀ ਸਵਾਦ ਵੀ ਨਹੀਂ ਬਣਾਉਣੀ ਆਉਂਦੀ ਹੋਵੇ ਪਹਿਲੋ ਨਾਨੀ ਨੇ ਤੁਹਾਨੂੰ ਲਾਦਾ ਕਹਿੰਦੇ ਚਾਹ ਬਣਾ ਕੇ ਲਿਆਓ ਲੌਂਗ ਲੈ ਜੀ ਦੱਸ ਦੀਆਂ ਨਾ ਉੱਤੇ ਟੇਸਟ ਟੂਸਟ ਕਰਕੇ ਫੇਰ ਲੈ ਕੇ ਆਉਂਦੇ ਨਾਨੂ ਜੀ ਆ ਗਈ ਜੀ ਚਾਹ ਚਲੋ ਚੱਕੋ ਵੀ ਮੰਮੀ ਜੀ ਨਾਲ ਰੱਖੋ ਨਾਨੂ ਜੀ 340 ਰੁਪਏ ਕਿਲੋ ਵਾਲੀ ਬਰਫੀ ਤੁਸੀਂ ਬਾਹਰ ਖਾ ਕੇ ਕਹਿਣਾ ਬਹੁਤ ਸਵਾਦ ਆ ਬਹੁਤ ਸਵਾਦ ਚੱਲੀਏ ਫਿਰ ਲਓ ਵੀ ਮੈਂ ਤੇ ਏਕਮ ਚੱਲੇ ਆ ਝੂਟਾ ਕੱਢਣ ਏਕਮ ਨੂੰ ਝੂਟਾ ਕੱਢਾ ਕੇ ਲਿਆਉਣਾ ਇਹ ਤੁਹਾਨੂੰ ਦੱਸਦੇ ਏਕਮ ਹੈਗਾ ਆਪਣੇ ਮਾਮਾ ਜੀ ਦਾ ਲੜਕਾ ਚੱਲੀਏ ਫਿਰ ਦੱਸਦੇ ਕਿਹੜੇ ਸਕੂਲੇ ਪੜ੍ਹਦਾ ਕਿਹੜੀ ਕਲਾਸ ਚ ਆ 6 ਕਲਾਸ ਚ ਕਿਹੜੀ ਪੋਜੀਸ਼ਨ ਆਉਂਦੀ ਆ ਮੇਰੀ ਹਾਂ ਫਸਟ ਬਹੁਤ ਇੰਟੈਲੀਜੈਂਟ ਆ ਏ ਮੈਂ ਵੀ ਬਹੁਤ ਮੈਂ ਵੀ ਤੈਨੂੰ ਪਤਾ ਜਦੋਂ ਮੈਂ ਸਕੂਲੇ ਪੜ੍ਹਦਾ ਹੁੰਦਾ ਮੇਰੀ ਫਸਟ ਪੋਜੀਸ਼ਨ ਆਉਂਦੀ ਹੁੰਦੀ ਸੀ ਅੱਛਾ ਪਿਛਲੀ ਸਾਈਡ ਤੋਂ ਇੰਨਾ ਕੁ ਫਰਕ ਇਹਦੀ ਅੱਗੋਂ ਆਇਆ ਤੇ ਮੇਰੇ ਪਿੱਛੋਂ ਆ ਜਾਂਦੀ ਲਓ ਵੀ ਕਹਿੰਦੇ ਏਕਮ ਦੇ ਦੋਸਤ ਵੀ ਆ ਚੁੱਕੇ ਹਾਂਜੀ ਰਾਜਨ ਜੀ ਕੀ ਹਾਲ ਚਾਲ ਏ ਗੋਲ ਗੱਪੇ ਆ ਉਹ ਪੂਰਾ ਖੁਸ਼ ਹੋਇਆ ਫਿਰਦਾ ਕਿੱਦਾਂ ਲੱਗੀ ਰਾਈਡ ਘੈਂਟ ਹੀ ਮੰਮੀ ਕਿੱਥੇ ਪਹੁੰਚ ਗਏ ਕਹਿੰਦੇ ਸਬਜ਼ੀ ਮੰਡੀ ਪਹੁੰਚ ਗਿਆ ਸਬਜ਼ੀ ਮੰਡੀ ਕਿੰਨਾ ਦੀ ਨਾਨੂ ਜੀ ਕੀ ਕੀ ਲੱਗਾ ਨਾਨੂ ਜੀ ਇੱਥੇ ਦੱਸ ਦੋ ਕਰਾਂ ਦੀ ਸਾਰੀ ਹਰੇ ਗੰਢੇ ਭਿੰਡੀਆਂ ਗੁਆਰਾ ਟਮਾਟਰ ਕੁੱਲ ਮਿਲਾ ਕੇ ਮੈਂ ਕਿਹਾ ਨਾ ਸਬਜ਼ੀ ਮੰਡੀ ਆ ਚੁੱਕੇ ਆ ਤੇ ਇੱਥੇ ਸਾਰਾ ਨਾਨੀ ਨਾਨੂ ਜੀ ਨੂੰ ਗਾਰਡਨਿੰਗ ਦਾ ਬੜਾ ਸ਼ੌਂਕ ਆ ਸਾਰਾ ਹੀ ਸਬਜ਼ੀ ਸੁਬਜ਼ੀ ਆਪ ਹੀ ਲਾਉਂਦੇ ਆ ਤੋਰੀਆਂ ਕੱਦੂ ਖਰਬੂਜੇ ਤੋਰੀਆਂ ਕੱਦੂ ਤੇ ਲੌਕੀ 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 ਇੱਥੋਂ ਮਿਲਦੇ ਆ ਵਾਹ ਜੀ ਵਾਹ ਆ ਨਿਆਰਾ ਨਾਨੂ ਜੀ ਸ਼ਹਿਰ ਵਿੱਚ ਹੀ ਸਬਜ਼ੀ ਲਾਉਣ ਦਾ ਨਿਆਰੇ ਆ ਕੀ ਆ ਤੋਰੀ ਆ ਅੱਛਾ ਤੋਰੀ ਆਪਣੇ ਨਾਨੂ ਜੀ ਆਸਟ੍ਰੇਲੀਆ ਵਾਲਾ ਕੀ ਸੀਗਾ ਆਸਟ੍ਰੇਲੀਆ ਵਾਲਾ ਉਹ ਲਸਣ ਖੜਾ ਲਓ ਵੀ ਉਹ ਜਿਹੜਾ ਲਸਣ ਆ ਨਾ ਆਸਟ੍ਰੇਲੀਆ ਵਾਲਾ ਆ ਟਮਾਟਰ ਚੈੱਕ ਕਰੋ ਘਰਾਂ ਦੇ ਬੂਟਾ ਉਸ ਪਾਸੇ ਦਿੰਦੇ ਟਮਾਟਰਾਂ ਨੇ ਪੱਤਿਆਂ ਨੂੰ ਘੇਰਿਆ ਪਿਆ ਹੈ ਵਾਹ ਜੀ ਵਾਹ ਇੱਧਰ ਸਬਜ਼ੀ ਚੈੱਕ ਕਰੋ ਤੁਸੀਂ ਨਾਨੂ ਜੀ ਮਿਹਨਤ ਵੀ ਬੜੀ ਕਰਦੇ ਆ ਨਾਨੂ ਜੀ ਅਸੀਂ ਗੰਢੇ ਜ਼ਰੂਰ ਲੈ ਕੇ ਜਾਣੇ ਕਿਉਂਕਿ ਮੈਂ ਰੋਟੀ ਨਾ ਖਾਣੇ ਹੁੰਦੇ ਆ ਘਰ ਦੇ ਦੇਸੀ ਵਧੀਆ ਗੰਢੇ ਮੇਰੇ ਵੀਰੋ ਨਾਨੂ ਜੀ ਤੁਸੀਂ ਅੱਡ ਖਤਰੋਂਗੇ ਖਿਲਾੜੀ ਬਣੇ ਫਿਰਦੇ ਆ ਆਪੇ ਹੱਥ ਚ ਨਾਨੂ ਜੀ ਹੱਥ ਕਰੀ ਜਾਂਦੇ ਤੋਰੀ ਵੱਲ ਤੁਸੀਂ ਨਾਨੂ ਡੈਗਣਾ ਪਿਓ ਲੈ
ਕੋਈ ਨਾ ਆਪਾਂ ਤੋੜ ਲੈਨੇ ਤੁਸੀਂ ਥੱਲੇ ਆਓ ਗਿੱਲਾ ਹੈਗਾ ਥਾਂ ਤੇ ਐਵੇਂ ਸੱਟ ਪੇਟ ਵੱਜ ਗਈ ਤੇ ਹੋਰ ਕੰਮ ਵਧੂਗਾ ਜੋ ਰਹਿਣ ਦੋ ਇਹ ਬਿਨਾ ਖਾਦ ਤੋਂ ਹੈ ਬਿਨਾ ਸਪਰੇ ਤੋਂ ਬਿਲਕੁਲ ਆਰਗੈਨਿਕਟ ਜਿਹੜੀਆਂ ਵਾਂ ਕਿਹੜੀ ਹਾਂ ਬਸ ਸਮਝ ਗਏ ਉਹ ਜਿਹੜੀ ਆ ਉਹੀ ਆ ਕੋਈ ਸਪਰੇ ਨਹੀਂ ਕੀਤੀ ਆ ਸਾਰਾ ਕੁਝ ਨਹੀਂ ਨਹੀਂ ਬੜਾ ਵਧੀਆ ਤੇ ਨਾਨੂ ਫਿਰ ਤਾਂ ਤੁਸੀਂ ਸਬਜ਼ੀ ਮੰਡੀ ਤੋਂ ਲੈ ਕੇ ਨਹੀਂ ਆਉਂਦੇ ਹੋਵੋਗੇ ਮੰਮੀ ਨੂੰ ਦੇ ਦੇ ਰੁੱਸ ਨਾ ਜਾਣ ਹੋਰ ਤੁਹਾਡੀ ਧੀ ਤੁਹਾਡੇ ਨਾਲ ਰੁੱਸ ਬਾ ਪੈਸੇ ਮੈਂ ਰੱਖ ਲਏ ਆ ਕੰਬਲ ਤੁਸੀਂ ਰੱਖੋ ਨਹੀਂ ਆ ਨਾਨੂ ਇਹ ਕਿਹੜੀ ਖੁਸ਼ੀ ਚ ਮੰਮੀ ਨੂੰ ਨਾਨਕੇ ਹੋਣ ਤੇ ਇਹੋ ਜੇ ਤਾਂ ਹੀ ਇੱਥੇ ਆਉਂਦੇ ਰਹੀਦਾ ਕਹਿੰਦੇ ਕਹਿੰਦੇ ਮੇਰੇ ਵੀਰੇ ਉਹ ਵੱਡੇ ਵੱਡੇ ਕਮਲਾਂ ਨਾਲ ਵੱਡੇ ਵੱਡੇ ਮਾਨ ਸਨਮਾਨ ਹੋਏ ਆ ਨਾਨਕਾ ਪਰਿਵਾਰ ਵੱਲੋਂ 62 ਫੈਮਿਲੀ ਵੱਲੋਂ ਮੇਰੇ ਵੀਰੇ ਬਾਈ ਗੱਡੀ ਚ ਰੱਖਣਾ ਆਪਾਂ ਕੰਬਲ ਬਹੁਤ ਪਿਆਰ ਕਰਦੇ ਸਾਰੇ ਜਾਣੇ ਮੈਂ ਅੱਗੇ ਦੱਸਦਾ ਸੀ ਨਾਨੇ ਮੈਂ ਸਭ ਤੋਂ ਜ਼ਿਆਦਾ ਖੁਸ਼ੀ ਨਾਨੂ ਜੀ ਤੇ ਨਾਨੀ ਜੀ ਨੂੰ ਹੋਈ ਗੀ ਚਲੋ ਵੀ ਰੱਖੋ ਸਮਾਨ ਤੁਸੀਂ ਲਵੇੜੋਗੇ ਗੱਡੀ ਤੁਸੀਂ ਨਹੀਂ ਹਟਦੇ ਹੈ ਲਓ ਵੀ ਸਬਜ਼ੀ ਸੁਬਜ਼ੀ ਕਰ ਲਈਏ ਪੈਕ ਰੱਖ ਦੋ ਕੰਬਲ ਇਹ ਗੱਡੀ ਜੀ ਪੱਕਾ ਰੱਖਣਾ ਨੇਰੇ ਸਵੇਰੇ ਆਉਣ ਜਾਣ ਨੂੰ ਠੀਕ ਹੈ ਮੰਮੀ ਚਲੋ ਠੀਕ ਹੈ ਨਾਨੀ ਓਕੇ ਬਾਏ ਸਤਿ ਸ਼੍ਰੀ ਅਕਾਲ ਓਕੇ ਬਾਏ ਓਕੇ ਨਾਨੇ ਬਾਏ ਲਵ ਯੂ ਸਤਿ ਸ਼੍ਰੀ ਅਕਾਲ ਲਓ ਵੀ ਮਿੱਤਰੋ ਮੈਂ ਮੰਮੀ ਦੱਸਦੀ ਫਿਰ ਹੁਣ ਕਿੱਥੇ ਪਹੁੰਚ ਗਏ ਆ ਹੁਣ ਅਸੀਂ ਉੱਥੇ ਪਹੁੰਚ ਗਏ ਜਿੱਥੋਂ ਮੰਮੀ ਜੀ ਦੇ ਸੂਟ ਬਣ ਕੇ ਆਉਂਦੇ ਆ ਉਹਨਾਂ ਨੇ ਵਧਾਈ ਦਿੱਤੀ ਸੀਗੀ ਤੇ ਕਹਿੰਦੇ ਅਸੀਂ ਤੁਹਾਡੇ ਤੋਂ ਪਾਰਟੀ ਲੈਣੀ ਵੀ ਡੱਬਾ ਸਾਡੇ ਵੀ ਦੇਣ ਆਇਓ ਜ਼ਰੂਰ ਹੁਣ ਅਸੀਂ ਬਸ ਫਿਰ ਡੱਬਾ ਦੇਣ ਆਏ ਆ ਤੇ ਆਓ ਫਿਰ ਮਲਾਉਣੇ ਆ ਮੰਮਾ ਕੱਢੋ ਪਤੀਸਾ ਮੈਂ ਕਹਿੰਦੀ ਲੋਡ ਨਹੀਂ ਇਸ ਵਾਰ ਵਸੇ ਥੈਂਕ ਯੂ ਚਲੋ ਫਿਰ ਵਾਪਸ ਕਰ ਦੋ ਤੁਸੀਂ ਜਿੰਨੇ ਇਹ ਚ ਕੀ ਆ ਮੰਮਾ ਪਤਾ ਨਹੀਂ ਇਹ ਚ ਖਜ਼ਾਨਾ ਨਿਕਲਣਾ ਓ ਅੱਛਾ ਪੰਜੀਰੀ ਠੀਕ ਹੈ ਠੀਕ ਹੈ ਖਾਓ ਦੇਖੋ ਅੱਛੀ ਕਾ ਮਾਤਾ ਜੀ ਵਾਹ ਜੀ ਵਾਹ ਇੱਥੇ ਅੰਦਰ ਗਏ ਮੈਂ ਕਿਹਾ ਸੀ ਨਾ ਆਪਾਂ ਉੱਥੇ ਆਏ ਹਾਂ ਜਿੱਥੋਂ ਮੰਮੀ ਦੇ ਸੋਹਣੇ ਸੋਹਣੇ ਸੂਟ ਬਣ ਕੇ ਆਉਂਦੇ ਤੇ ਸੂਟ ਚੇਂਜ ਆਉਂਦੇ ਹੀ ਹੋ ਗਏ ਹੈ ਸੋਹਣੇ ਸੋਹਣੇ ਸੂਟ ਬਾ ਵਲੋਗਾਂ ਚ ਅਗਲਿਆਂ ਚ ਵੇਖੀ ਚੱਲਿਓ ਉਹ ਅਗਲੇ ਵਲੋਗ ਚ ਦਿਖਾਵਾਂਗੇ ਚੱਲੀਏ ਫਿਰ ਚਲੋ ਠੀਕ ਹੈ ਜੀ ਮੰਮੀ ਇੱਥੋਂ ਕਿੰਨਾ ਮਾਨ ਸਨਮਾਨ ਹੋਇਆ ਇੱਧਰੋਂ ਵਾਹ ਜੀ ਵਾਹ ਕਹਿੰਦੇ ਵੱਡੇ ਮਾਨ ਸਨਮਾਨ ਹੋਏ ਆ ਯਾਰ ਡੱਬਾ ਆਪਣਾ ਸਸਤੇ ਚ ਆਇਆ ਤੇ 1000 ਰੁਪਇਆ ਬਣ ਗਿਆ ਤਰੋ ਫਿਰੋਜ਼ਪੁਰੋਂ ਤੁਰ ਪਏ ਸੀ ਤੇ ਹੁਣ ਆਏ ਸੀ ਜਾਮਣੀ ਸਾਹਿਬ ਵਜੀਤਪੁਰ ਸਾਹਿਬ ਆਏ ਸੀਗੇ ਤੇ ਡੱਬਾ ਕਿੱਥੇ ਮਾਮਾ ਗੁਰੂ ਘਰੇ ਵੀ ਹਾਜ਼ਰੀ ਲਵਾਉਣੀ ਜ਼ਰੂਰੀ ਆ ਸਹੀ ਗੱਲ ਪਹਿਲੀ ਵਾਰੀ ਮਹਾਰਾਜ ਦੇ ਦਰ ਤੇ ਗੱਡੀ ਲੈ ਕੇ ਆਏ ਆ ਵਾਹਿਗੁਰੂ ਜੀ ਮਿਹਰ ਕਰਿਓ ਉਹ ਵੀ ਪਹੁੰਚ ਚੁੱਕੇ ਆ ਮੇਰੇ ਵੀਰੇ ਉਹ ਘਰੇ ਤੇ ਸਮਾਨ ਸਮੂਨ ਕੱਢ ਲਿਆ ਬੇਬੇ ਦਾ ਸਰਪ੍ਰਾਈਜ਼ ਵੀ ਕੱਢ ਲਿਓ ਲਓ ਵੀ ਇੱਧਰ ਕਹਿੰਦੇ ਦਵਿੰਦਰ ਹੋਣਾ ਨੇ ਵੀ ਸਿਰਾ ਕਰਾ ਲਾ ਮੇਰੇ ਵੀਰੇ ਕਰਾ ਦਾ ਸਿਰਾ ਅੱਛਾ ਤੇ ਲੈਂਦਾ ਇਹਨਾਂ ਨੇ ਪੈਸੇ ਲਾ ਕੇ ਤੇ ਪਾਈ ਆਏ ਨਾ ਕਿ ਜਿਵੇਂ ਤੰਦੂਰ ਚ ਕੁੱਤਾ ਫਸਿਆ ਹੁੰਦਾ ਬੇਬੇ ਆ ਕੇ ਗੱਲ ਬਣੀ ਮੈਂ ਕੁੱਤਾ ਆ ਤੂੰ ਫਸਿਆ ਜਾਂ ਤੂੰ ਕੁੱਤੇ ਨਾਲ ਵਾਦਾ ਮੈਂ ਤੰਦੂਰ ਆ ਕਿ ਕੁੱਤਾ ਇਹ ਦੱਸ ਦੇ ਮੈਨੂੰ ਤੂੰ ਤੰਦੂਰ ਤੋਂ ਨਹੀਂ ਕੁੱਤੇ ਤੋਂ ਵਾਦਾ ਮਤਲਬ ਕਿ ਤੁਹਾਡਾ ਅਸੀਂ ਕੁੱਤਾ ਹੋ ਤਾਂ ਹੀ ਨਹੀਂ ਲਿਆਉਂਦੇ ਕਰੀ ਰੱਖਿਆ ਵੱਡਾ ਬਹੁਤ ਸੋਹਣਾ ਕੁੱਤਾ ਕੀ ਨਾਮ ਹੈ ਉਹਦਾ ਨਾਮ ਡੌਗਰ ਆ ਡੌਗਰ ਆ ਜਾੜ ਜਾ ਤੂੰ ਆੜ ਜਾ ਵੇਖ ਵੇਖ ਕੇ ਲੱਛਣ ਤੇਰੇ ਪੈਣ ਡੋਬੀਆਂ ਮੇਰੇ ਨੀਲਮਾ ਸਾਰਾ ਕੁੰਡ ਕੱਢ ਕੇ ਕਿੱਥੇ ਚੱਲੀਆਂ ਸਾਧ ਦੇ ਡੇਰੇ ਨੀਲਮਾ ਸਾਰਾ ਕੁੰਡ ਕੱਢ ਕੇ ਵਾਹ ਜੋ ਬੇਬੇ ਵਾਹ ਬਹੁਤ ਸੋਹਣੀ ਤੇਰੀ ਕਿੱਥੇ ਚੱਲੀ ਐ ਵੱਡਾ ਸਾਰਾ ਕੁੰਡ ਕੱਢ ਕੇ ਕੀ ਕਿਹੜੇ ਅੰਗੂਰ ਆ ਕਿਹੜੇ ਅੰਗੂਰ ਤੂੰ ਸ਼ੁਕਰ ਕਰ ਆਪ ਅੱਜ ਅਸੀਂ ਟਾਈਮ ਤੇ ਆ ਗਏ ਆਂ ਤੇ ਅੰਗੂਰ ਦੱਸ ਮੇਰੇ ਕਿੱਥੇ ਆ ਬੇਬੇ ਤੇਰੇ ਵਾਸਤੇ ਅੱਜ ਬੜਾ ਵੱਡਾ ਸਰਪ੍ਰਾਈਜ਼ ਲੈ ਕੇ ਆਇਆ ਸਰਪ੍ਰਾਈਜ਼ ਮੈਂ ਨਹੀਂ ਵੱਡਾ ਸਰਪ੍ਰਾਈਜ਼ ਜਿਹੜੇ ਮੈਂ ਅੰਗੂਰ ਲੈਣੇ ਆ ਚੰਗੇ ਨਹੀਂ ਐਡਾ ਐਡਾ ਵੱਡਾ ਸਰਪ੍ਰਾਈਜ਼ ਆ ਤੇਰੇ ਤੋਂ ਚੁੱਕਿਆ ਨਹੀਂ ਆਣਾ ਮੈਂ ਸਰਪ੍ਰਾਈਜ਼ ਲੈਣੇ ਨਹੀਂ ਮੈਂ ਅੰਗੂਰ ਲੈਣੇ ਆ ਲੈ ਕੇ ਆਈਏ ਸਰਪ੍ਰਾਈਜ਼ ਫਿਰ ਜਾਂ ਸਰਪ੍ਰਾਈਜ਼ ਕੁੱਤਾ ਨਾ ਚੱਕ ਲਈ ਕਿਤੇ ਤੈਨੂੰ ਕਿਵੇਂ ਪਤਾ ਆਹੋ ਮੈਨੂੰ ਪਤਾ ਨਾ ਸਰਪ੍ਰਾਈਜ਼ ਦੇਣ ਮੈਂ ਕੁਛ ਸਵੇਰੇ ਬੁੱਕ ਕਰੀ ਬੈਠਾ ਸੀ ਕੀ ਖਾਣ ਪੀਣ ਨੂੰ ਦਿਓ ਮੈਨੂੰ ਮੂੰਹ ਮਿੱਠਾ ਕਰਾਓ ਤੇ ਮੈਂ ਕਿਹਾ ਤੂੰ ਕਾਹਦੇ ਆ ਕੇ ਬੁੱਕ ਕੀਤਾ ਮੈਂ ਆਂਦਾ ਇਹਨਾਂ ਦੇ ਘਰੇ ਮੁੰਡਾ ਆ ਮਾਮੇ ਦੇ ਮੁੰਡਾ ਆ ਮਾਮੇ ਦੇ ਮੁੰਡਾ ਹੋਇਆ ਆਯੋ ਵੀ
ਮੰਮੀ ਦਿਖਾਈਏ ਕਰਾਂ ਦੀ ਬੇਬੇ ਨੂੰ ਕੀ ਕੁਛ ਲੈ ਕੇ ਆਂਦਾ ਆਪਾਂ ਯਾਰ ਕੀ ਬੇਬੇ ਖਾਲੀ ਹੱਥ ਨੀ ਆਏ ਕੀ ਕੁਛ ਲਿਆਏ ਨੇ ਵੀ ਨਾਨਕੇ ਆਏ ਨੇ ਕੀ ਕੁਛ ਲਿਆਏ ਆ ਵੀ ਲਿਫਾਫੇ ਵਿਖਾਏ ਆ ਕਰੋ ਕਰਾਂ ਦੀ ਕੀ ਕੀ ਲੈ ਕੇ ਆਂਦਾ ਤੁਹਾਡੀ ਰੂਹ ਖੁਸ਼ ਹੋਣੀ ਅੱਜ ਮੇਰੀ ਤਾਂ ਮੂੰਹ ਜਿਹਾ ਵਿਖਾਉਂਦੀ ਐ ਪਹਿਲਾਂ ਵੇਖ ਤੇ ਵੇ ਨੀ ਕੀ ਆ ਕਰੋ ਚੈੱਕ ਕਰਾਂ ਦੀ ਟਟਰ ਵੀ ਵਾਧੂ ਲਿਆਉਂਦੇ ਆ ਮਟਟਰ ਇੱਕ ਖਰਬੂਜਾ ਵੀ ਆ ਹਾਂ ਸਵਾਦ ਆ बापू जी इधर कहते गंडे मामा करा दी आ फड़ो बेबे आ तेरे रे अंगूर अंगूर खट्टे है लूबड़ी नू लगदे मैनू पर मिठे है किवें लूबड़ी तो थोड़े ना जान मेरे यार के निक्की जी सी गई हां ते छाला मार मार के हट गया ते अंगूर तो खट्टे आ पर बेबे ने छाला नहीं मारिया पर मैं टाइम बैठ जल बेबे अंगूर ही आ ते रख दे बेबे आ तेरे वास्ते गिफ्ट हॉल आया की आए दस पहला दस ला बेबे ने देख लिया की आए देखो नी मतीरा सारे दी ड्यूटी लाने लगे बेबे बेबे की जिम्मेवारी होंगी ड्यूटियां लाने की किने की चीरना ते किने की चीरना बेबे मैं की चीरना आ बापू जी कहिंदे बापू वेला मामे दे मुंडे दे होण दी खुशी च मेरे वीरो पतीसे नाल वड्डे मान सन्मान कीते जा रहे आ बापू कहते मूह मिठा करना कहते बलवंत कौर ने भी एक टुकड़ी पूरी चक ली है बेबे ने वड्डी वेख के चकी है चलो खुश रहो आदे बादे रहो लव यू नहीं नहीं बालियां खा के भी बेबे बीमार हो जाना ये केड़ा खुशियां दे दिन केड़ा बेबे रोज रोज आउंदे आ ते जदों आउंदे आ ते असीं पूरी चंगी तरह सैलीब्रेट करीदे आ मेरे मामे दे मुंडा होया लकी मामे दे नवे नवे सारे नोट लग गए भाई होना ने काम करता जे डन नाइस वर्क हो गया आप अगले ब्लॉग च दिखावांगे सारा कमरा बहुत सोहना बना दिया ओके थैंक यू सो मच सारे ना बहुत बहुत शुक्रिया धन्यवाद सो हाँ जी दो तो इतने के नाल कर दे समाप्ति मेरे वीरे जल्दी मिलते अगले ब्लॉग में सो होप तुहानू सारयां नू साडा ब्लॉग जरूर पसंद आया होगा पापा भी बैठा साडा जे पसंद आया वीडियो नू लाइक कर दियो कमेंट कर दियो ते चैनल नू सबसक्राइब करना ना भुल्यो बेबे कह दे फॉलो कर लो सानू फॉलो करो थैंक यू हाँ थैंक यू